ਹੜ੍ਹ ਕਾਰਨ ਖਰਾਬ ਹੋਈ ਗੱਡੀ ਦਾ ਕਿਵੇਂ ਲੈਣਾ ਬੀਮਾ ਕੀ ਕੰਪਨੀ ਦਵੇਗੀ ਤੁਹਾਨੂੰ ਇੰਸ਼ੋਰੈਂਸ ਦੇ ਪੈਸੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਹੜ੍ਹ ਦੀ ਮਾਰ ਹੇਠ ਕਈ ਸਥਾਨ ਨੇ ਵੱਡੇ ਪੱਧਰ ਤੇ مالی ਨੁਕਸਾਨ ਵੀ ਹੋਇਆ ਜਿਸ ਦੇ ਵਿੱਚ ਘਰਾਂ ਦਾ ਸਮਾਨ ਫਸਲਾਂ ਇਲੈਕਟ੍ਰੋਨਿਕ ਡਿਵਾਈਸ ਤੇ ਗੱਡੀਆਂ ਤੱਕ ਨੁਕਸਾਨੀਆਂ ਗਈਆਂ ਨੇ ਪਰ ਸਵਾਲ ਹੁਨੇ ਹੁੰਦਾ ਹੈ ਕਿ ਵਾਹਨ ਹੜ ਦੇ ਵਰਗੀ ਕੁਦਰਤੀ ਮਾਰ ਹਿੰਟ ਖਰਾਬ ਹੋ ਜਾਂਦਾ ਉਸਤਾ ਕੋਈ ਹਿੱਸਾ ਟੁੱਟ ਜਾਂਦਾ ਤਾਂ ਕੋਈ ਇੰਸ਼ੋਰੈਂਸ ਕੰਪਨੀ ਉਸ ਤੁਸੀ ਖਰੀਦ ਸਕਦੇ ਹੋ ਜਾਂ ਫਿਰ ਨਹੀਂ ਕਿ ਉਹ ਤੁਹਾਡੇ ਭੁਗਤਾਨ ਕਰੇਗੀ ਜਾਂ ਫਿਰ ਨਹੀਂ ਹੜ ਕਾਰਨ ਖਰਾਬ ਹੋਈ ਕਾਰ ਦਾ ਬੀਮਾ ਤੁਹਾਡੀ ਕਾਰ ਦੀ ਬੀਮਾ ਪਾਲਿਸੀ ਤੇ ਸਭ ਤੋਂ ਪਹਿਲਾਂ ਨਿਰਭਰ ਕਰਦਾ ਹੈ ਹੜ ਵਿੱਚ ਖਰਾਬ ਹੋਈ ਤੁਹਾਡੀ ਕਾਰ ਤੁਹਾਨੂੰ ਇੰਸ਼ੋਰੈਂਸ ਦੇ ਪੈਸੇ ਮਿਲਣਗੇ ਜਾਂ ਫਿਰ ਨਹੀਂ ਇਹ ਜਾਣਦੇ ਹੜ੍ਹ ਕਾਰਨ ਹੋਇਆ ਨੁਕਸਾਨ ਤਾਂ ਪੂਰਾ ਜਾਵੇਗਾ ਜੇਕਰ ਤੁਸੀਂ ਪਲਾਨ ਵਿੱਚ ਕੰਪਰੀਹੈਂਸਿਵ ਕਵਰੇਜ ਦਾ ਵਿਕਲਪ ਚੁਣਿਆ ਆਮ ਤੌਰ ਤੇ ਅਸੀਂ ਕੋਸ਼ਿਸ਼ ਕਰਦਿਆਂ ਕਿ ਪਾਲਿਸੀ ਲੈਣ ਦੀ ਜੋ ਵੀ ਲਾਜ਼ਮੀ ਹੋਵੇ ਜਿਵੇਂ ਕਿ ਥਰਡ ਪਾਰਟੀ ਇੰਸ਼ੋਰੈਂਸ ਅਜੇਹੇ ਦੇ ਵਿੱਚ ਹੜ੍ਹ ਚ ਨੁਕਸਾਨੇ ਵਾਹਨ ਲਈ ਬੀਮਾ ਵੱਜੋਂ ਕੋਈ ਵੀ ਪੈਸੇ ਜਾਂ ਫਿਰ ਪਰਪਾਈ ਨਹੀਂ ਹੁੰਦੀ ਬੀਮਾ ਕੰਪਨੀ ਪਾਲਿਸੀ ਬਾਜ਼ਾਰ ਦੀ ਵੈਬਸਾਈਟ ਤੇ ਵੀ ਕੁਦਰਤੀ ਆਫਤਾਂ ਦੌਰਾਨ ਖਰਾਬ ਹੋਈ ਵਾਹਨਾ ਦੇ ਬੀਮਾ ਮਿਲਣ ਨਾਲ ਜੁੜੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਦੇ ਵਿੱਚ ਦੱਸਦੇ ਰਹਿੰਦੇ ਨੇ ਤਾਂ ਪਾਲਿਸੀ ਬਾਜ਼ਾਰ ਮੁਤਾਬਕ ਸਾਨੂੰ ਕਿਸੇ ਵੀ ਵਾਹਨ ਦਾ ਬੀਮਾ ਕਰਵਾਉਣ ਤੋਂ ਪਹਿਲਾਂ ਪਵਿਕ ਸੰਭਾਵਨਾ ਬਾਰੇ ਸੋਚਣਾ ਚਾਹੀਦਾ ਹੈ ਉਹਨਾਂ ਮੁਤਾਬਕ ਹੜ ਵਿੱਚ ਤੁਹਾਡੀ ਕਾਰ ਦਾ ਨੁਕਸਾਨ ਹੁੰਦਾ ਹੈ ਕਾਰ ਦੀ ਮਹਿੰਗੀ ਰਿਪੇਅਰ ਕਰਵਾਉਣੀ ਪੈ ਸਕਦੀ ਹੈ ਤੇ ਕੋਈ ਮਾਮਲੇ ਦੇ ਵਿੱਚ ਮੁਕੰਮਲ ਤੌਰ ਤੇ ਖਰਾਬ ਵੀ ਹੋ ਸਕਦੀ ਹੈ ਅਜਿਹੇ ਦੇ ਵਿੱਚ ਤੁਸੀਂ ਕੰਪਰੀਹੈਂਸਿਵ ਬੀਮਾ ਯੋਜਨਾ ਲਈ ਜਾ ਸਕਦੇ ਹੋ ਤੁਹਾਨੂੰ ਨੁਕਸਾਨ ਦੇ ਮੁਕਾਬਲੇ ਵੱਧ ਪੈਸੇ ਵੀ ਮਿਲਦੇ ਨੇ ਤੁਹਾਨੂੰ ਬੀਮੇ ਕੰਪਨੀ ਨੂੰ ਦਿੱਤੇ ਪੈਸਿਆਂ ਨਾਲ ਕਿਤੇ ਵੀ ਵੱਧ ਪੈਸੇ ਜਿਹੜੇ ਨੇ ਉਹ ਤੁਹਾਨੂੰ ਦੇਣਗੇ ਦ ਕੰਪਰੀਹੈਂਸਿਵ ਬੀਮਾ ਕੀ ਹੁੰਦਾ ਇੱਥੇ ਸਮਝ ਲੈਂਦੇ ਆ ਕੰਪਰੀਹੈਂਸਿਵ ਕਾਰ ਬੀਮਾ ਨਿੱਜੀ ਕਾਰ ਮਾਲਕਾਂ ਲਈ ਮੋਟਰ ਬੀਮਾ ਪਾਲਿਸੀ ਹੈ ਜਿਸ ਵਿੱਚ ਤੁਹਾਡੀ ਵਾਹਨ ਦਾ ਮੁਕੰਮਲ ਤੌਰ ਤੇ ਬੀਮਾ ਕੀਤਾ ਜਾਂਦਾ ਇਸ ਦੇ ਵਿੱਚ ਚੋਰੀ ਐਕਸੀਡੈਂਟ ਕੁਦਰਤੀ ਆਫਤ ਵਗੈਰਾ ਵਿੱਚ ਤੁਹਾਡੇ ਵਾਹਨ ਦੇ ਨੁਕਸਾਨ ਦਾ ਪੂਰਾ ਬੀਮਾ ਮਿਲਦਾ ਹੈ ਬੀਮਾ ਕੰਪਨੀ ਵਾਹਨ ਨੂੰ ਰਿਪੇਅਰ ਕਰਵਾਉਣ ਤੇ ਬਦਲਣ ਦੇ ਵਿੱਚ ਕੋਈ ਨੁਕਸਾਨ ਦੀ ਪਰਪਾਈ ਵੀ ਕਰਦੀ ਹੈ ਇਸ ਵਿੱਚ ਮਨੁੱਖ ਗਲਤੀ ਨਾਲ ਹੋਈ ਨੁਕਸਾਨ ਵਿੱਚ ਬੀਮਾ ਹੀ ਮੁਹैया ਕਰਵਾਇਆ ਜਾਂਦਾ ਹੈ ਕੰਪਰੀਹੈਂਸਿਵ ਬੀਮਾ ਪਾਲਿਸੀ ਵਿੱਚ ਨਾ ਸਿਰਫ ਵਾਹਨ ਬਲਕਿ ਉਸ ਦੇ ਮਾਲਕ ਦਾ ਨੁਕਸਾਨ ਵੀ ਕਵਰ ਕੀਤਾ ਜਾਂਦਾ ਹੈ ਹੁਣ ਹਰ ਦੁਆਰਾ ਕਿਸ ਕਿਸਮ ਦਾ ਨੁਕਸਾਨ ਹੋ ਸਕਦਾ ਹੈ ਹਰ ਦੇ ਨਾਲ ਵੱਖ-ਵੱਖ ਪੱਧਰ ਦਾ ਨੁਕਸਾਨ ਹੋ ਸਕਦਾ ਹੈ ਜਿਵੇਂ ਕਿ ਇੰਜਨ ਦਾ ਨੁਕਸਾਨ ਹੋ ਸਕਦਾ ਹੈ ਪਾਣੀ ਇੰਜਨ ਦੇ ਵਿੱਚ ਭਰਿਆ ਜਾ ਸਕਦਾ ਹੈ ਜਾਂ ਫਿਰ ਗੱਡੀ ਦੇ ਅੰਦਰੂਨੀ ਹਿੱਸਿਆਂ ਤੱਕ ਪਾਣੀ ਪਹੁੰਚ ਸਕਦਾ ਹੈ ਤੇ ਗੱਡੀ ਦੇ ਅੰਦਰੂਨੀ ਹਿੱਸੇ ਖਰਾਬ ਹੋ ਸਕਦੇ ਨੇ ਤਾਂ ਹੁਣ ਇਸ ਜਿਹੇ ਦੇ ਵਿੱਚ ਕੀ ਕੀਤਾ ਜਾਵੇ ਤਾਂ ਗিয়ার ਬਾਕਸ ਦਾ ਜੇਕਰ ਨੁਕਸਾਨ ਹੁੰਦਾ ਹੈ ਤਾਂ ਪੂਰੀ ਤਰੀਕੇ ਨਾਲ ਨੁਕਸਾਨ ਜਾਂਦਾ ਵਿਗਨ ਪੈਂਦਾ ਤਾਂ ਇਲੈਕਟ੍ਰਿਕ ਤੇ ਇਲੈਕਟ੍ਰੋਨਿਕ ਨੁਕਸਾਨ ਦੇ ਵਿੱਚ ਉਹ ਤੁਹਾਨੂੰ ਪੈਸੇ ਦਿੰਦੇ ਨੇ ਕਿਹੜਾ ਬੀਮਾ ਪਾਲਿਸੀ ਬਿਹਤਰ ਹੋ ਸਕਦੀ ਹੈ ਕੰਪਰੀਹੈਂਸਿਵ ਬੀਮਾ ਪਾਲਿਸੀ ਸਭ ਤੋਂ ਬਿਹਤਰ ਮੰਨੀ ਜਾਂਦੀ ਹੈ ਖਾਸ ਤੌਰ ਤੇ ਹਰ ਦੌਰਾਨ ਹੋਈ ਨੁਕਸਾਨ ਲਈ ਅਜਿਹੀ ਬੀਮਾ ਪਾਲਿਸੀ ਸਭ ਤੋਂ ਬਿਹਤਰੀਨ ਰਹਿੰਦੀ ਹੈ ਤਾਂ ਬੇਸ ਪਲਾਨ ਦੇ ਨਾਲ ਨਾਲ ਤੁਸੀਂ ਇਸ ਪਾਲਿਸੀ ਵਿੱਚ ਕੁਝ ਹੋਰ ਚੀਜ਼ਾਂ ਵੀ ਜੋੜ ਸਕਦੇ ਹੋ ਜੋ ਕਿ ਤੁਹਾਡੀ ਬੀਮਾ ਪਾਲਿਸੀ ਨੂੰ ਹੋਰ ਵਧੇਰੇ ਮਜ਼ਬੂਤ ਕਰੇਗੀ ਤੇ ਤੁਸੀਂ ਇਸ ਨੂੰ ਕਲੇਮ ਵੀ ਕਰ ਸਕਦੇ ਹੋ